ਅਤੇ ਹਾਂਜੀ, ਸਿੱਧੂ ਮੂਸੇਵਾਲੇ ਦੀ ਨਵੀਂ ਐਲਬਮ ਦਾ ਪਹਿਲਾ ਗਾਣਾ ਹੈਗਾ ਆਈ ਐਮ ਬੈਕ, ਵਿੱਚ ਆਈ ਐਮ ਬੈਕ, ਅਤੇ ਉਹ ਗਾਣਾ ਮੈਨੂੰ ਬਹੁਤ ਵਧੀਆ ਲੱਗਿਆ, ਅਤੇ ਸਾਰੇ ਸੁਣਿਓ ਗਾਣੇ ਦਾ ਨਾਂ ਵਿੱਚ ਆਈ ਐਮ ਬੈਕ। ਗਾਣੇ ਦਾ ਲਾਏ ਥੋੜ੍ਹਾ ਜਿਹਾ ਭਲਾ ਉਹ ਆ, ਪਰ ਗਾਣਾ ਬਹੁਤ ਵਧੀਆ ਆ, ਅਤੇ ਤੁਸੀਂ ਸਾਰਾ ਕੁਛ ਸੁਣਿਓ, ਅਤੇ ਸਾਰਾ ਵਧੀਆ, ਮੈਨੂੰ ਤਾਂ ਆਪ ਵਧੀਆ ਲੱਗਿਆ, ਅਤੇ ਗਾਣੇ ਹੁਣ ਮਤਲਬ ਕੱਲ੍ਹ ਨੂੰ ਇਸ ਵਿਸ਼ੇ 'ਤੇ ਮੈਂ ਇੰਸਟਾਗ੍ਰਾਮ 'ਤੇ ਲਾਈਵ ਆ ਰਿਹਾ, ਜੇ ਲਾਈਵ ਹੋ ਸਕਿਆ ਤਾਂ ਅੱਜ ਲਾਈਵ ਹੋ ਗਿਆ ਸੀ ਮੈਂ, ਮਤਲਬ ਪਹਿਲਾਂ ਸਵੇਰੇ ਸਵੇਰੇ ਲਾਈਵ ਨਹੀਂ ਹੋਇਆ, ਫਿਰ ਮੈਂ ਸਕੂਲ ਵਾਲੇ ਨੂੰ ਸਕੂਲ ਵਾਲੇ ਆਪਣੇ ਦੋਸਤ ਨੂੰ ਪੁੱਛਿਆ ਕਿ ਕੀ ਪ੍ਰੋਬਲਮ ਹੋ ਗਈ, ਉਹ ਵੀ ਨਹੀਂ ਦੱਸ ਪਾਇਆ, ਅਤੇ ਅਚਾਨਕ ਹੀ ਮੈਂ ਲਾਈਵ ਦਾ ਬਟਨ ਨੱਪਿਆ ਸੀ, ਲਾਈਵ ਹੋ ਗਿਆ ਸੀ, ਅਤੇ ਕੱਲ੍ਹ ਵੀ ਜਦੋਂ ਮੈਂ ਲਾਈਵ ਹੋ ਪਾਇਆ ਅਤੇ ਮੂਵ ਸਟੇਪ ਦੇ ਪਹਿਲੇ ਗਾਣੇ ਦੇ ਉੱਤੇ ਗੱਲ ਹੋਊਗੀ, ਅਤੇ 19 ਤਰੀਕ ਨੂੰ ਪਹਿਲੀ ਵੀਡੀਓ ਆ ਰਹੀ ਹੈ, ਅਤੇ ਪਹਿਲੀ ਵੀਡੀਓ ਉਹਦੇ ਸਾਰਾ ਕੁਛ ਮੂਵ ਸਿੱਧੂ ਮੂਸੇਵਾਲੇ ਦੇ ਗੱਲਬਾਤ ਹੋਊਗੀ, ਸਾਰੇ ਫੈਨ ਅਤੇ ਸਾਰੇ ਫੈਨ ਜੁਆਇਨ ਕਰੋ ਕਰਕੇ ਮੇਰੇ ਇੰਸਟਾਗ੍ਰਾਮ ਦਾ ਨਾਮ ਹੈਗਾ ਆਨੰਦ ਡੋਟ ਉੱਪਲ, ਜਿਹੜੇ ਬੰਦੇ ਫੋਲੋ ਕਰਨੇ ਨਹੀਂ ਉਹ ਫੋਲੋ ਹੋ ਸਕਦੇ ਨਹੀਂ, ਪਰ ਇੱਕ ਸ਼ਰਤ ਹੈ, ਉਹ ਮੂਸੇਵਾਲੇ ਦੇ ਫੈਨ ਹੀ ਹੋਣੇ ਚਾਹੀਦੇ ਨੇ, ਮੇਰੇ ਹੋਰ ਕੋਈ ਬੰਦਾ ਨਾ ਆਵੇ, ਸਿਰਫ ਸਿੱਧੂ ਮੂਸੇਵਾਲੇ ਦਾ ਫੈਨ ਮੇਰੇ ਇੰਸਟਾਗ੍ਰਾਮ ਪੇਜ 'ਤੇ ਆ ਸਕਦਾ ਆ। ਠੀਕ ਆ ਨਾ ਜੀ, ਅਤੇ ਠੀਕ ਹੈ ਜੀ, ਇਹਨਾਂ ਨੂੰ ਸਿੱਧੂ ਮੂਸੇਵਾਲਾ ਵਧੀਆ ਲੱਗਦਾ ਵੈਲਕਮ ਹੈ, ਜਿਹਨਾਂ ਨੂੰ ਨਹੀਂ ਵਧੀਆ ਲੱਗਦਾ ਉਹਨਾਂ ਨੂੰ ਵੀ ਕੋਈ ਗੱਲ ਨਹੀਂ, ਅਤੇ ਜਿਹੜੇ ਫੈਨ ਆ ਉਹੀ ਮੇਰੇ ਇੰਸਟਾਗ੍ਰਾਮ 'ਤੇ ਜੁਆਇਨ ਕਰੋ, ਜਿਹੜੇ ਸਿੱਧੂ ਮੂਸੇਵਾਲੇ ਦੇ ਫੈਨ ਆ, ਅਤੇ ਆਈ ਡੀ ਦਾ ਨਾਮ ਹੈਗਾ ਆਨੰਦ ਡੋਟ ਉੱਪਰ, ਅਤੇ ਆਪਾਂ ਲਾਈਵ ਕੱਲ੍ਹ ਨੂੰ ਆ ਸਕਦੇ ਹਾਂ ਕਿਸੇ ਵੀ ਸਮੇਂ, ਅਤੇ ਸਾਰੇ ਹੀ ਜਾਣਾ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਅਤੇ ਵੀਲ ਚੇਅਰ ਕ੍ਰਿਕਟ ਬੋਏ ਨੂੰ, ਅਤੇ ਜਿਹੜਾ ਗਾਣਾ ਸੀਗਾ ਅੱਜ ਸਿੱਧੂ ਮੂਸੇਵਾਲੇ ਦਾ, ਕਿੰਨਾ ਪਾਵਰਫੁੱਲ ਗਾਣਾ ਸੀ, ਮੈਨੂੰ ਤਾਂ ਸੁਣ ਕੇ ਮਜ਼ਾ ਆ ਗਿਆ। ਓਕੇ ਬਾਏ, ਥੈਂਕ ਯੂ, ਅਤੇ ਆਪਾਂ ਕੱਲ੍ਹ ਨੂੰ ਲਾਈਵ 'ਤੇ ਇੰਸਟਾਗ੍ਰਾਮ 'ਤੇ ਗੱਲਬਾਤ ਕਰਾਂਗੇ, ਆਹੀ ਇਨਫੋਰਮੇਸ਼ਨ ਲੈਣੀ ਸੀ, ਇਹ ਇਨਫੋਰਮੇਸ਼ਨ ਅੱਗੇ ਤੱਕ ਬਚਾ ਦਿਓ। ਹਾਂ, ਅਤੇ ਕਰੋਨਾ ਤੋਂ ਸਾਰੇ ਬਚੇ ਰਹੋ, ਅਤੇ ਮਾਸਕ ਲਗਾਇਓ, ਸੈਨੇਟਾਈਜ਼ਰ ਲਗਾਇਓ, ਸਾਰੇ ਬਚ ਰਹੇ ਹੋ ਕਰੋਨਾ ਵਾਇਰਸ ਤੋਂ, ਅਤੇ ਕੱਲ੍ਹ ਨੂੰ ਲਾਈਵ 'ਚ ਆ ਜਾਇਓ। ਟਾਈਮ ਕੀ ਰੱਖੀਏ ਆਪਾਂ, ਚਲੋ ਟਾਈਮ ਰੱਖ ਦਿੰਦੇ ਹਾਂ 11:30 ਵਜੇ, ਹੈ ਨਾ, 11:30 ਵਜੇ ਪੂਰੇ ਲਾਈਵ ਆਊਂਗਾ ਸਵੇਰ 'ਤੇ। ਓਕੇ, ਲਾਈਵ ਔਨ ਇੰਸਟਾਗ੍ਰਾਮ ਫੋਰ ਸਿੱਧੂ ਮੂਸੇਵਾਲਾ ਫੈਨ, ਆਪਾਂ ਵੀ ਸਿੱਧੂ ਮੂਸੇਵਾਲੇ ਦੇ ਫੈਨ ਆ, ਜਿਹੜੇ ਜਿਹੜੇ ਸਿੱਧੂ ਮੂਸੇਵਾਲੇ ਦੇ ਫੈਨ ਆ ਉਹ ਜਾਓ ਇੰਸਟਾਗ੍ਰਾਮ ਨੂੰ ਇੰਸਟਾਗ੍ਰਾਮ 'ਤੇ ਫੋਲੋ ਕਰੋ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਓਕੇ, ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਨਮਸਤੇ।